ਕਿ ਅਸਾ ਤੋਂ ਬਾਅਦ ਜਿਹੜੇ ਬੱਚੇ ਤਾਂ ਖੇਡਣ ਉਹ ਪੱਕੀ ਪਿੱਚ ਪਰ ਖੇਡਣ ਤੇ ਉਹ ਅਸਾਂ ਸੀ ਅੱਛੇ ਜਿਹੜਾ ਉਹ ਖਿਡਾਰੀ ਬਣਨ ਉਸ ਇਸ ਕਲਾ ਪੱਕੀ ਪਿੱਚ ਤੇ ਨਿਖਦਾ। ਥੋੜਾ ਥੋੜਾ ਆਖਿਆ ਜਨਾ ਉਹ ਨੀਰਾ ਅਸਾ ਬਾਅਦ ਹੀ ਖੇਨੇ ਅਜੇ ਤਾਂ ਸਾਰੀਆਂ ਪਿੱਚਾਂ ਪੱਕੀਆਂ ਹੋਣੀਆਂ। ਇਸ ਵਜ੍ਹਾ ਸੀ ਅਸਾਂ ਆਇਆ ਅਸਾਂ ਆਪੇ ਵਿੱਚ ਪੱਕੀ ਕਰਨੇ ਆ। ਠੀਕ। ਇਸ ਨਾਲ ਸਾਰੀ ਬੈਟਿੰਗ ਔਰ ਤੇਜ਼ ਹੋ ਸੇ। ਅਸਲਾਮੁਅਲੈਕੁਮ ਨਾਜ਼ਰੀਨ ਮੈਂ ਤੁਸਾਂ ਨੂੰ ਮੇਜ਼ਬਾਨ ਅਬਦੁਲ ਕੁਦੂਸ ਔਰ ਤੁਸਾਂ ਤੱਕੀਰੇ YouTube ਚੈਨਲ ਡੇਲੀ ਕਸ਼ਮੀਰ 99 ਨਜ਼ਰੀਨ ਮੈਂ ਇਸ ਵਕਤ ਕਨੇਲਾ ਕ੍ਰਿਕਟ ਗਰਾਊਂਡ ਵਿੱਚ ਮੌਜੂਦ ਹਾਂ ਤੇ ਅੱਜ ਕਨੇਲਾ ਕ੍ਰਿਕਟ ਗਰਾਊਂਡ ਵਿੱਚ ਪਿੱਚ ਕੱਚੀ ਸੀ ਅੱਜ ਉਸੇ ਪੱਕਿਆਂ ਕੀਤਾ ਜਾ ਰਿਹਾ ਜਿਸ ਲਈ ਤੱਕ ਹੀ ਸਕਨੇ ਹੋ ਤੁਸੀਂ ਇਹ ਮਿਸਤਰੀ ਲਏ ਵੇ ਪੱਕੀ ਪਿੱਚ ਹੋਈ ਰਹੀ ਨਜ਼ਰੀਨ ਹੀ ਅੱਜ ਇਹ ਪਿੱਚ ਪੱਕੀ ਹੋਣੀ ਵੀ ਦੱਸਾਂ ਤੇ ਨਾਲ ਇਥੇ ਰਾਜਾ ਤਾਇਰ ਸਾਹਿਬ ਵੀ ਜਿਹੜੇ ਪਿੱਚ ਪੱਕੀ ਕਰਾਈ ਰਹੇ ਇਤਜ਼ਾਦ ਸਾਹਿਬ ਵੀ ਉਸਤਾਦ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਹੀ ਕਰਸਾਂ ਕਿ ਕਿਹ ਵਜ੍ਹਾ ਹੈ ਕਿ ਜਿਸ ਵਜ੍ਹਾ ਤੋਂ ਤੁਸੀਂ ਇਹ ਪੀਚੀ ਜਿਹੜੀ ਹੈ ਪੱਕੀ ਕਰਾਈ ਰਹੇ ਹੋ ਤਾਂ तमाम ਨਜ਼ਰੀਨ ਅਗਰ ਦਰਖਾਸ ਸੀ ਕਿ ਤੁਸੀਂ ਅੱਜ ਨਹੀਂ ਪੂਰੀ ਵੀਡੀਓ ਤੱਕ ਸੋ ਤਾਂ ਚੈਨਲ ਉੱਪਰ ਨਏ ਆਉਣ ਵਾਲੇ ਨਜ਼ਰੀਨ ਅਗਰ ਦਰਖਾਸ ਸੀ ਕਿ ਤੁਸੀਂ ਸਾਡੇ ਚੈਨਲ ਕੀ ਸਬਸਕ੍ਰਾਈਬ ਕਰ ਸੋ ਨਾਲ ਵਾਲੀ ਬੈਲ ਕੀ ਵੀ ਪ੍ਰੈਸ ਕਰ ਸੋ ਤਾਂ ਕਿ ਨਈ ਆਉਣ ਵਾਲੀ ਵੀਡੀਓ ਨੂੰ ਨੋਟੀਫਿਕੇਸ਼ਨ ਤੁਸੀਂ ਕੋਲ ਬਰ ਵਕਤ ਪਹੁੰਚੀ ਚੇ ਤਾਂ ਹੁਣ ਅੱਛਾ ਤੁਸੀਂ ਦੱਸਨੇ ਆ ਪਿਚ ਪੱਕੀ ਹੋਣੀ ਸਲਾਮ ਅਲੈਕੁਮ ਮੌਜੂਦ ਹੈ ਜਨਾਬ ਸਰ ਇਤਜ਼ਾਦ ਸਾਹਿਬ ਪੁੱਛਣਾ ਇਤਜ਼ਾਦ ਸਾਹਿਬ ਕੋਲੋਂ ਕਿ ਕਿਹ ਵਜ੍ਹਾ ਹੋਈ ਕਿ ਬਿਹਤਰੀਨ ਪੀਸੀ ਕੱਚੀ ਪੀਸੀ ਜਿਹੜੀ ਪਸੰਦ ਵੀ ਕਰਨੇ ਸੇ ਖਿਲਾੜੀ ਤੇ ਕਿਸ ਵਜ੍ਹਾ ਤੂੰ ਇਹ ਜਿਹੜੀ ਪੀਸੀ ਤੂੰ ਪੱਕੀ ਕਰੀ ਰਹੇ ਹੋ ਅਸਲਾਮ ਅਲੈਕੁਮ ਜੀ ਹਾਂ ਇਤਜ਼ਾਦ ਸਾਹਿਬ ਇਹ ਦੱਸੋ ਅੱਜ ਜਿਹੜੀ ਤੂੰ ਪਿਚ ਪੱਕੀ ਕਰਵਾਈ ਰਹੇ ਹੋ ਇਸ ਨੇ ਕਿਹ ਵਜ੍ਹਾ ਇਸ ਨੇ ਵਜ੍ਹਾ ਬੜੀ ਵਜ੍ਹਾ ਹੀ ਆਈ ਕਿ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਸੇ ਉਹ ਫਰਦਾਇਸ਼ ਕਰਨੇ ਸੇ ਜੀ ਕਿ ਅਸਾਂ ਪੱਕੀ ਪੀਚੋ ਖੇਲਣਾ ਪਸੰਦ ਕਰਨੇ ਆ ਜੀ ਸੁਣ ਪੀਚ ਪੱਕੀ ਹੈ ਕੱਚੀ ਹੈ ਤੇ ਇਸ ਗੱਲ ਕਰਕੇ ਸੋਚਿਆ ਕਿ ਮਾਡਰਨ ক্রিকেট ਨੇ ਜਿਹੜੀ ਹੈ ਉਸ ਨੂੰ ਜ਼ਰੂਰਤ ਹੀ ਫਿਰ ਅਸੀਂ ਪਿੱਚ ਪੱਕੀ ਕਰਨੇ ਫੈਸਲਾ ਕੀਤਾ ਕੱਚੀ ਪਿੱਚ ਐ ਬੜੇ ਬੜੇ ਛੱਕੇ ਮਾਰਨੇ ਹਣ ਸੋ ਇਹਨਾਂ ਨੂੰ ਵਾਹ ਹੁਣ ਜਿਹੜਾ ਬਾਲਰ ਗੇਮ ਦੇਣੇ ਤਾਂ ਅੱਛਾ ਐ ਤਾਂ ਤੁਹਾਨੂੰ ਕੰਪਾਂ ਟਾਂਗਣ ਪੈਣਾ ਨਹੀਂ ਨਹੀਂ ਇਨਸ਼ਾਅੱਲਾ ਇਹ ਨਹੀਂ ਹੋ ਰਹਾ ਐ ਅਸਾ ਚਾਣ ਸੀ ਕਿ ਅਸਦ ਉਹ ਬਾਦ ਜਿਹੜੇ ਬੱਚੇ ਤਾਂ ਖੇਡਣ ਉਹ ਪੱਕੀ ਪਿਚ ਪਰ ਖੇਡਣ ਤੇ ਉਹ ਅਸਾਂ ਸੀ ਅੱਛੇ ਜਿਹੜਾ ਉਹ ਖਿਡਾਰੀ ਬਣਨ ਸਿਸਕਲਾ ਪੱਕੀ ਪਿਚ ਤੇ ਖੇਡਦਾ। ਅੱਛਾ ਇਹ ਮਦਰਸੇ ਨੇ ਜੀ। ਮਦਰਸੇ ਬੱਚੇ ਆ ਸਾਡੇ ਇਸ ਗ੍ਰੈਂਡ ਇਲਾਕੇ ਨੇ ਜਿਤਨੇ ਬੱਚੇ। ਠੀਕ ਹੈ। ਕਿਆ ਇਸ ਪਿਚਾ ਪਰ ਡੇਲੀ ਮੈਚ ਹੋਣੇ ਹੈ ਥਾ ਗੇਮ ਹੋਣੀ? ਜੀ ਹਾਂ ਬੱਚੇ ਸਾਡੇ ਮਦਰਸੇ ਨੇ ਉਹ ਡੇਲੀ ਖੇਣੇ, ਵੀਕਲੀ ਟੂਰਨਾਮੈਂਟ ਵੀ ਖੇਣੇ, ਮੰਥਲੀ ਵੀ ਖੇਣੇ। ਮਤਲਬ ਕਿ ਟੂਰਨਾਮੈਂਟ ਇਥੇ ਅਕਸਰ ਹੋਣੇ ਰਹਣੇ। ਮਤਲਬ ਸਾਲ 1-2 ਵਾਰ ਵੀ ਅਸਾਂ ਕੋਈ ਲੀਗ ਨਾ ਸ਼ਕਲ ਟੂਰਨਾਮੈਂਟ ਵੀ ਕਰਾਣਾ ਜਿਸ ਵਿੱਚ ਮਦਰਸੇ ਦੇ ਸਾਰੇ ਬੱਚੇ ਪਾਰਟਿਸਪੇਟ ਕਰਨੇ, ਔਰ ਉਸ ਤੋਂ ਬਾਅਦ ਕੋਈ ਮਦਰਸੇ ਜਿਹੜੇ ਬੱਚੇ ਪੜ੍ਹੀ ਤੇ ਗਏ ਵੀ ਹੋਣੇ ਉਹਨਾਂ ਕੀ ਅਸਾਂ ਵੀ ਸ਼ਾਮਲ ਕਰਨੇ ਆ ਇਸਨੇ ਅੰਦਰ ਠੀਕ ਜੀ ਆ ਨਾਜ਼ਰੀਨ ਅਸਲਾਮ ਅਲੈਕੁਮ ਮੌਜੂਦ ਹੈ ਰਾਜਾ ਤਾਇਰ ਸਾਹਿਬ ਇਹ ਅਕਸਰ ਤੁਸੀਂ ਤੱਕਨੇ ਹੋ ਸੋ ਗਰਾਊਂਡਾਂ ਵਿੱਚ ਬੜੇ ਬੜੇ ਛੱਕੇ ਮਾਰਨੇ ਮਾਇਆ ਨਾਜ਼ ਪਲੇਅਰ ਹੈ ਓਪਨ ਪਲੇਅਰ ਹੈ ਤਕਰੀਬਨ ਤਹਿਸੀਲ ਲੈਵਲ ਉੱਪਰ ਡਿਸਟ੍ਰਿਕਟ ਲੈਵਲ ਉੱਪਰ ਇਹ ਮੈਚ ਖੇਲਣ ਵਾਸਤੇ ਜਾਣੇ ਤੇ ਇਸਲਾਮ ਅਲੈਕੁਮ ਮੌਜੂਦ ਹੈ ਅਸਾਂ ਇਹਨਾਂ ਨਾਲ ਹੀ ਕੋਈ ਗੱਲਬਾਤ ਕਰਨੇ ਆ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਆ ਜੀ ਤਾਇਰ ਸਾਹਿਬ ਠੀਕ ਹੋ ਅਲਹਮਦੁਲਿਲਾ ਜੀ ਅੱਛਾ ਜੀ ਅੱਜ ਤੁਸੀਂ ਫਿਰ ਪੀਚ ਜਿਹੜੀ ਹੈ ਪੱਕੀ ਕਰਾਈ ਰਹੇ ਹੋ ਹਾਂ ਜੀ ਅਸਾਂ ਆਹ ਪੀਚ ਪੱਕੀ ਹੋਣੀ ਚਾਹੀਦੀ ਅੱਛਾ ਤਾਇਰ ਸਾਹਿਬੂ ਪਹਿਲੇ ਕੱਚੀ ਪੀਸੀ ਤੇ ਤੁਸੀਂ ਇੱਥੇ ਖੇលਨੇ ਰਹੇ ਹੋ ਤੁਸੀਂ ਇਹ ਦੱਸੋ ਇਸ ਪਹਿਲ ਜਿਹੜੀ ਕੱਚੀ ਪੀਸੀ ਸਭ ਕਿਤਨਾ عرصਾ ਤੁਸੀਂ ਸਾਈਂ ਤਾਂ ਖੇਲੇ ਹੋ तकरीबन ਉਸੇ 10 ਤੋਂ 15 ਸਾਲ ਖੇਡੇ ਹਾਂ ਜੀ ਉਹ ਸਭਰ ਤੇ ਕਿਆ ਵਜ੍ਹਾ ਹੋਈ ਕਿਸ ਕਿਸ ਤਰ੍ਹਾਂ ਤੁਸਾਂ ਇਹ ਇਹ ਖਿਆਲ ਆਇਆ ਕਿ ਇਸ

ਤੇ ਇਸ ਲਈ ਮਾਰੇ ਕੋਲ ਮੌਜੂਦ ਹੈ ਅਸਾਂ ਇਹਨਾਂ ਕੋਲੋਂ ਪੁੱਛਨੇ ਆ ਕਿ ਜੇ ਇਹਨਾਂ ਇਸ ਪੱਕੀ ਪਿਚ ਕਰਾਉਣ ਵਾਸਤੇ ਇਹਨਾਂ ਇੱਕ ਕਰੋੜਾ ਸਿਮਟਾਂ ਨੂੰ ਵੀ ਦਿੱਤਾ ਤੇ ਨਾਲ ਖੁਦ ਇੱਕ ਕੰਮ ਹੀ ਕੀਤਾ ਇਹਨਾਂ ਕਲਟੀ ਛਲਟੀ ਮਾਰੀ ਨੇ ਕੋਈ ਮਿਕਸ ਚੀਜ਼ ਕੀਤੀ ਨਾ ਬਜਰੀ ਤੇ ਜ਼ਿਆਦਾ ਸ਼ੌਕ ਇਹਨਾਂ ਕੀ ਵੀਸਾ ਤੇ ਅਸਾਂ ਇਹਨਾਂ ਕੋਲੋਂ ਸਵਾਲ ਪੁੱਛਨੇ ਕਿ ਮੁਸਵਰ ਸਾਹਿਬ ਇਹ ਦੱਸੋ ਕਿ ਕਨੇਲਾ ਟਾਈਗਰ ਕਲੱਬ ਵਿੱਚ ਤੁਸਾਂ ਤੋਂ ਬਾਅਦ ਤਾਹਿਰ ਸਾਹਿਬ ਤੋਂ ਬਾਅਦ ਆਉਣੇ ਵਾਲੇ ਜਿਹੜੇ ਯੰਗ ਪਲੇਅਰ ਹੈ ਤੁਸਾਂ ਆਲਾ ਜਾਓ ਮਕਾਮ ਸਾ ਉਹ ਬਾਹਰ ਰੱਖਣ ਇਨਸ਼ਾਅੱਲਾ ਜੀ ਕਨੇਲਾ ਟਾਈਗਰ ਟੀਮ ਬੜੀ ਜ਼ਬਰਦਸਤ ਟੀਮ ਹੈ ਸਾਰੇ ਹੀ ਅੱਛੇ ਲੜਕੇ ਖੇលਨੇ ਆਇਂਦਾ ਆਣ ਲੈ ਲੜਕੇ ਵੀ ਸਾਡੇ ਤੋਂ ਵੀ ਅੱਛੇ ਖੇਲਦੇ ਸਨ ਇਸੇ ਵਜ੍ਹਾ ਨਾਲ ਪਿਚ ਵੀ ਪੱਕੀ ਹੋਈ ਰਹੀ ਅੱਛਾ ਇਹ ਇੱਕ ਨੇਲਾ ਨਾ ਇਨਸ਼ਾਅੱਲਾ ਨਾ ਰੋਸ਼ਨ ਕਰ ਸਭਾਈ ਕੋਲ ਇਸਲਾਮ ਮੌਜੂਦ ਹੈ ਆਦਲ ਸਾਹਿਬ ਅਸਲਾਮੁਅਲੈਕੁਮ ਵਅਲੈਕੁਮ ਅਸਲਾਮ ਆਦਲ ਸਾਹਿਬ ਇਹ ਦੱਸੋ ਵਾਕਿਆ ਇਹ ਹੈ ਗੱਲ ਕਿ ਤੁਸੀਂ ਆਪਣੇ ਉਸਤਾਦਾਂ ਅੱਗੇ ਫਰਮਾਇਸ਼ ਕੀਤੀ ਸੀ ਕਿ ਤੁਸੀਂ ਅਸੀਂ ਪਿਚ ਪੱਕੀ ਕਰਾਈ ਦਿਓ ਇਹ ਅਸਾਂ ਉਸਤਾਦਾਂ ਹੈ ਹਾਜ਼ਰ ਸਾਹਿਬ ਪੱਕੇ ਵਿੱਚ ਅਸੀਂ ਕੱਚੀ ਅਸਾਂ ਵੀ ਰਹਾ ਅਸੀਂ ਪੱਕੀ ਕਰਾਈ ਦਿਓ ਉਸਤਾਦ ਨੇ ਗੱਲ ਮੰਨੀ ਕੀ ਅੱਛਾ ਪਤਾ ਹੀ ਕੀ ਹੈ ਤਾਂ ਉਹ ਮੰਨੀ ਕੇ ਸੇ ਗੱਲ ਕਰ ਪੱਕੀ ਕਰਾਈ ਦਿੱਤੀ ਅੱਛਾ ਤਾਂ ਕਿੰਨੇ ਹੱਕ ਤੁਸੀਂ ਖੁਸ਼ ਹੋ ਬਹੁਤ ਖੁਸ਼ ਹਾਂ ਅਸਾਂ ਤਾਂ ਇਹ ਜੇ ਪਿਚ ਪੱਕੀ ਰਹੀ ਸੀ ਤਾਂ ਫਿਰ ਟੂਰਨਾਮੈਂਟ ਕੋਈ ਹੁੰਦੀ। ਅੰਛਾ। ਚਤਰੀਨ ਪਿਚ ਸੀ। ਤਾਂ ਪੱਕੀ ਕਰਾਉਣੇ ਨੇ ਕੀ ਜ਼ਰੂਰ ਸੀ? ਇਹ ਜੇ ਬਾਰਿਸ਼ ਹੋਣੀ ਸੀ ਫਿਰ ਅਸਾਂ ਦੋ ਤਰ੍ਹਾਂ ਦਾ ਰਹੇ ਬਾਰਿਸ਼ ਹੋਣੀ ਸੀ। ਅਸਾਂ ਖੇੜੀ ਨਹੀਂ ਸਕਣ ਜਿੱਥੇ ਚਿਕੜੋ ਜਾਣਾ ਸਾ। ਅੰਛਾ। ਤਾਂ ਇਸੋ ਜੇ ਪੱਕੀ ਵਿੱਚ ਗਏ ਹਾਂ ਬਾਰਿਸ਼ ਵੇਜੇ ਕਿ ਅਸਾਂ ਕਿੱਥੇ ਖੇੜੀ ਸਕਨੇ ਆ। ਬਾਰਿਸ਼ ਰੁਕਸੀ ਤਾਂ ਅਸਾਂ ਇੱਥੇ ਖੇੜੀ ਸਕਨੇ ਆ। ਯਕੀਨਨ ਤੁਸਾਂ ਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋ ਸੀ ਇਨਸ਼ਾਅੱਲਾ ਬਹੁਤ ਜਲਦ ਇਸ ਗਰਾਊਂਡ ਇਸ ਪੱਕੀ ਪਿਛਾ ਪਰ ਇੱਕ ਸ਼ਾਨਦਾਰ ਟੂਰਨਾਮੈਂਟ ਹੋਸੀ ਜਿਸ ਦੀ ਤਕਰੀਬਨ ਟੀਮਾਂ ਕੀ ਇੱਥੇ ਦਾਵਤ ਦਿੱਤੀ ਜਾਸੀ ਤਾਂ ਅਗਲੀ ਵੀਡੀਓ ਤੱਕ ਮੈਂ ਦੇਸੋ ਇਜਾਜ਼ਤ ਅੱਲਾਹ